ਹਾਂਜੀ ਬਬਾ ਕਰਦੇ ਆ ਸਤ ਸਾਡੇ ਆਦੇ YouTube ਚੈਨਲ ਟਰੈਕਟਰ ਸਿਲ ਮੇਕਮੇ ਉੱਤੇ ਜਿਹੜਾ ਇਹ ਵੀਪਰਾ ਆਪਣੇ ਚੈਨਲ ਤੇ ਨਮਾ ਆਇਆ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਨਾਲ ਲੱਗੇ ਘੰਟੀ ਦੇ ਆਪਸ਼ਨ ਨੂੰ ਆਲਤ ਕਰਦੇ ਹੋ ਸੈਟ ਤਾਂ ਕਿ ਨੰਦ ਨੇ ਵੀਡੀਓ ਸਾਨੂੰ ਸੱਤ ਪਹਿਲਾਂ ਨਾਲ ਤੇ ਮਿਲਦੀ ਰਹਿਣ ਤੇ ਸੱਤ ਪਹਿਲਾਂ ਸਾਡਾ ਹੈਲਪ ਐਨੇਬਲ ਕਰੋ ਨੋਟਿਸ ਤੇ ਪੈਂਤਸੇ ਫੋਟਾਂ ਭੇਜ ਕੇ ਤੇ ਇਨਫੋਰਮੇਸ਼ਨ ਭੇਜ ਗਏ ਕਿਸੇ ਵੀ ਸੰਦੀ ਇਹ ਮੁਫਤ ਵੀ ਚੈਨਲ ਤੇ ਲਵਾ ਸਕਦੇ ਹਾਂ ਤੇ ਅੱਜ ਆਪ ਤੁਹਾਡੇ ਲਈ ਸਿਲ ਵਾਸਤੇ ਕਾਫੀ ਟਰੈਕਟਰ ਲੈ ਕੇ ਆਏ ਆ ਤੇ ਸੱਤ ਪਹਿਲਾਂ ਕਰਦੇ ਆ ਆਪਾਂ ਸਵਰਾਜ 735 ਐਫੀ ਦੀ ਜਿਸ ਦਾ ਜੋ ਮਾਡਲ ਹੈ 2004 ਮੋਹਲਾ ਟਰੈਕਟਰ ਦਾ ਜੇ ਆਪੇ ਟੈਨ ਦੀਆ ਕਰੀਏ 6560 ਪੈਸੇ ਟਾਇਰ ਪੈਣ ਹੈਵੀ ਬੰਪਰ ਨਾਲਾ ਟਰੈਕਟਰ ਦੇ ਬਾਡੀ ਚਸ਼ਦਰਾ ਮਗਰਾਟਾ ਰੰਗਸ ਨਾਲ ਦਾ ਕਿਤੇ ਵੀ ਬਰਸਤਾ ਹੀ ਫਿਰ ਆਪਰੀ ਸਾਸਮਾਲ ਦੇ ਟਰੈਕਟਰ ਰੱਖਿਆ ਗਿਆ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫਰ ਲੋਕੇ ਹੈ ਕੋਈ ਕੰਬੈਸ਼ਨ ਕੋਈ ਪਾਰਟ ਚੇ ਨਹੀਂ ਹੋਇਆ ਕੋ ਰਿਪੇਅਰ ਨਹੀਂ ਭਾਲਦਾ ਫੁੱਲ ਲੂਕਿੰਗ ਕੰਡੀਸ਼ਨ ਵਿੱਚ ਟਰੈਕਟਰ ਪਿਆ ਹੈ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟ ਹੈ ਡਰਾਈਵ ਕਰਕੇ ਰੈਟਰ ਖੀਸਾ ਦੇਉ ਤੇ ਜੇ ਆਪੇ ਹੀ ਡਿਮਾਂਡ ਦੀਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ 1,95,000 ਰੁਪਿਆ ਰਾਜਸਥਾਨ ਦਾ ਨੰਬਰ ਹੈ ਟਰੈਕਟਰ ਦਾ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖਰੀਦ ਸਾਧਦੇ ਤੇ ਗਿੱਦੜਵਾ ਹੈ ਰੀਆ ਮਾਲਕਾਂ ਦਾ ਤੇ ਹੁਣ ਨਾ ਪਗਲ ਕਰਦੇ ਆ ਮਹਿੰਦਰਾ ਅਰਜਨ 555 DI ਦੀ ਜਿਸ ਤਰ੍ਹਾਂ ਉਹ ਮਾਡਲ ਹੈ 2011 ਮਾਹੌਲਾ ਟਰੈਕਟਰ ਦਾ ਜੇ ਆਪੇ ਟੈਂਡ ਦੀਆ ਕਰੀਏ ਸੀ 75 ਪੈਸਿਆਂ ਦੇ ਟਾਇਰ ਪੈਣੇ ਹੈਵੀ ਬੰਪਰ ਹੁੱਡ ਨਾਲ ਹੈ ਬਾਡੀ ਚੈਸ ਇਸ ਤਰ੍ਹਾਂ ਮਗਰਾਟਾ ਰੰਗ ਸਾਨ ਨਾਲ ਦਾ ਹੈ ਕਿਤੇ ਵੀ ਬਰਤਾਂ ਹੀ ਫਰੇ ਆਪਰੀ ਸਾਸਮਾਲ ਦੇ ਚੈਟਰ ਰੱਖਿਆ ਗਿਆ ਹੈ ਪਾਵਰ ਸਟੀering ਦਾ ਟਰੈਕਟਰ ਤੇ ਇੰਜਨ ਗੀਰ ਲਿਫਟ ਪੰਪ ਦਾ ਟਰੈਕਟਰ ਫੁੱਲ ਲੂਕੇ ਹੈ ਕੋਈ ਕੰਬੇਸ਼ਨ ਕੋਈ ਪਾਰਟ ਚੇਂ ਨਹੀਂ ਹੋਆ ਕੋਈ ਰਿਪੇਅਰ ਨਹੀਂ ਭਾਲਦਾ ਫੁੱਲ ਲੂਕੇ ਕੰਡੀਸ਼ਨ ਚ ਟਰੈਕਟਰ ਪਿਆ ਹੈ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਰੈਟਰ ਖੀਸਾ ਦੇਉ ਤੇ ਜੇ ਆਪੇ ਹੀ ਡਿਮਾਂਡ ਦੀਆ ਕਰੀਏ ਮਾਲਕੀਰ ਹੁਣੀਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ 3,50,000 ਰੁਪਇਆ ਜੋ ਕਿ ਮੌਕੇ ਦੇ ਥੋੜਾ ਬੋਤੀਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਰੈਟਰ ਖੀਸਾ ਦੇ ਤੇ ਮੋਗਾ ਏਰੀਆ ਮਾਲਕਾਂ ਦਾ ਤੇ ਹੁਣ ਨਾ ਪਗਲ ਕਰਦੇ ਆ ਫਾਰਮਨ ਟਰੈਕ 60 ਦੀ ਜਿਸ ਦੇ ਉਹ ਮਾਡਲ ਹੈ 2009 ਮਾਡਲ ਟਰੈਕਟਰ ਦਾ ਜਾਪੇ ਟੈਂਦੀਆ ਕਰੀਏ 60 ਪੈਂਟ ਬੈਸ ਹੈ ਟਾਇਰ ਪੈਣੇ ਹੈਵੀ ਬੰਪਰ ਹੁੱਡ ਨਾਲ ਆ ਟਰੈਕਟਰ ਦੇ ਬਾਡੀ ਚਾਸ ਦਰਾ ਐਮ ਗਰਾਟਾ ਰੰਗ ਸਰ ਨਾਲ ਦਾ ਕਿਤੇ ਵੀ ਬਰਸਤਾ ਹੀ ਫਰੈਪਰੀ ਸਾਸ ਮਾਲ ਦੇ ਵਿੱਚ ਐਟਰ ਰੱਖਿਆ ਗਿਆ ਹੈ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੁੱਲ ਲੁਕੀ ਹੈ ਕੋਈ ਕੰਬੇਸ਼ਨ ਕੋਈ ਪਾਰਟ ਐਕਸਚੇਂਜ ਨਹੀਂ ਹੋਇਆ ਕੋਈ ਰਿਪੇਅਰ ਨਹੀਂ ਭਾਲ ਦਾ ਫੁੱਲ ਲੁਕੇ ਕੰਡੀਸ਼ਨ ਵਿੱਚ ਟਰੈਕਟਰ ਪਿਆ ਹੈ ਤੇ ਬੈਸਟ ਬੰਗਾਲ ਦਾ ਨੰਬਰ ਦਾ ਟਰੈਕਟਰ ਦਾ ਤੇ ਹੋਰ ਕੋਈ ਵੀ ਇਨਫੋਰਮੇਸ਼ਨ ਲੈਣ ਲਈ ਚਾਹਵਣ ਹੋਵੇ ਕੋਈ ਵੀ ਵੀਰ ਭਰਾ ਮਾਲਕ ਨਾਲ ਕੰਟੈਕਟ ਕਰਕੇ ਲੈ ਸਕਦਾ ਕੰਟੈਕਟ ਨੰਬਰ نیچے ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਖੀਸਾ ਆ ਦਿਓ ਤੇ ਜਾਪੇ ਡਿਮਾਂਡ ਦੀ ਹੈ ਕਰੀਏ ਮਾਲਕੀ ਹੁਣਿਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ 220000 ਰੁਪਏ ਜੋ ਕਿ ਮੌਕੇ ਦੇ ਥੋੜਾ ਬੋਤੀਲੈਸ ਹੋਵੇਗਾ ਤੇ ਜੇ ਵੀ ਮਾਲਕਾਂ ਤੋਂ ਕਨਫਰਮ ਕਰਵਾ ਸਕਦੇ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਹੈ ਤੇ ਹੁਣ ਆਪਾਂ ਗਲ ਕਰਦੇ ਆ ਨਿਊ ਹੋਲੈਂਡ 55100 ਦੀ ਜਿਸ ਤੇ ਜੋ ਮਾਡਲ ਹੈ 2010 ਮੋਹਲਾ ਟਰੈਕਟਰ ਦਾ ਜੇ ਆਪੇ ਟੈਨ ਦੀਆ ਕਰੀਏ 70 75 ਪੈਸੇ ਦੇ ਟਾਇਰ ਪੈਣੇ ਤੇ ਹੈ ਵੀ ਬੰਪਰ ਹੁੱਡ ਡੰਡਾ ਡਰਾਵਲ ਨਾਲਾ ਟਰੈਕਟਰ ਦੇ ਬਾਡੀ ਚਾਸਿਸ ਦੇ ਰੰਗ ਸਾਰ ਨਾਲ ਦਾ ਕਿਤੇ ਵੀ ਬਰਸ ਤਾਂ ਫਿਰ ਆਪਣੀ ਸਾਹ ਸੰਭਾਲ ਦੇ ਚੈਟਰ ਰੱਖਿਆ ਗਿਆ ਪੰਜਾਬ ਨੰਬਰ ਟਰੈਕਟਰ ਹੈ ਪਾਵਰ ਸਟੀering ਹੈ ਤੇ 3 ਸਪੀਡ ਦਾ ਟਰੈਕਟਰ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਤਹ ਹੈ ਡਰਾਈਵ ਕਰਕੇ ਟਰੈਕਟਰ ਖੀਸਾ ਦਿਓ ਇੰਜਨ ਗੇਅਰ ਦਾ ਫੁੱਲ ਲੁਕੇਆ ਟਰੈਕਟਰ ਤੇ ਜੇ ਆਪੇ ਹੀ ਡਿਮਾਂਡ ਦੀਆ ਕਰੀਏ ਮਾਲਕੀ ਰੂਨੀਆ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ 480000 ਰੁਪਇਆ ਫਰਸਟ ਪਾਰਟੀ ਨਾਮ ਹੈ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉਤੇ ਸੂਹ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਰੇਟ ਖਿਸਾਦੇ ਹੋ ਤੇ ਬਠਿੰਡਾ ਏਰੀਆ ਮਾਲਕਾਂ ਦਾ ਇਹ ਹੁਣ ਨਾ ਪਗਲ ਕਰਦੇ ਆ ਮਹਿੰਦਰਾ 575 DI ਦੀ ਜਿਸ ਦਾ ਜੋ ਮਾਡਲ ਹੈ 2012 ਮੌਲਾ ਟਰੈਕਟਰ ਦਾ ਜੇ ਆਪੇ ਟੈਂਡੀਆਂ ਕਰੀਏ ਨਾਲ ਦੇ ਟੈਂ ਨੇ ਟਰੈਕਟਰ ਦੇ ਹੈਵੀ ਬੰਪਰ ਡੰਡਾ ਡਰਾਵਲ ਨਾਲਾ ਟਰੈਕਟਰ ਦੇ ਬਾਡੀ ਚਾਈਸ ਦੇ ਰੰਗਸਾਰ ਨਾਲ ਦਾ ਕਿਤੇ ਵੀ ਬਸਤਾਂ ਫਿਰ ਆਪੂਰੀ ਸਾਹ ਸੰਭਾਲ ਦੇ ਚੈਟਰ ਰੱਖਿਆ ਗਿਆ ਹੈ ਪਾਵਰ ਸਟੀਰੀਂਗ ਹੈ ਟਰੈਕਟਰ ਤੇ ਡਬਲ ਕਲਚ ਹੈ ਪੰਜਾਬ ਨੰਬਰ ਹੈ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟ ਹੈਡ ਡਰਾਈਵ ਕਰਕੇ ਟਰੈਕਟਰ ਖੀਸਾ ਦਿਓ ਇੰਜਨ ਗੇਰ ਲਿਫਟ ਪੰਪ ਦਾ ਟਰੈਕਟਰ ਫੁੱਲ ਲੋਕੇ ਹੈ ਕੋਈ ਕੰਬੀਸ਼ਨ ਕੋਈ ਪਾਰਟ ਚੇਂਜ ਨਹੀਂ ਹੋਇਆ ਕੋਈ ਬੇਰ ਨਹੀਂ ਭਾਲਦਾ ਫੁੱਲ ਲੋਕੇ ਕੰਡੀਸ਼ਨ ਵਿੱਚ ਟਰੈਕਟਰ ਪਿਆ ਤੇ ਫਸਟ ਪਾਰਟੀ ਨਾਮਾ ਟਰੈਕਟਰ ਤੇ ਜੇ ਆਪਾਂ ਹੀ ਡਿਮਾਂਡ ਦੀਆ ਕਰੀਏ ਮਾਲਕੀ ਹੁੰਦੀਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ 4 ਲੱਖ ਰੁਪਇਆ ਜੋ ਕਿ ਮਾਕੇ ਦੇ ਥੋੜਾ ਬੋਟਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਦੁਸਰੇ ਟ੍ਰਕੀਸਾ ਦਿਓ ਤੇ ਸਮਰਾਲਾ ਏਰੀਆ ਮਾਲਕਾਂ ਦਾ ਤੇ ਹੁਣ ਨਾ ਪਗਲ ਕਰਦੇ ਆ ਛਵਰਾਜ 855 ਦੀ ਜੇਸ ਤੇ ਜੋ ਮਾਡਲ ਹੈ 2005 ਮੋਹਲਾ ਟਰੈਕਟਰ ਦਾ ਜੇ ਆਪੇ ਟੈਂਡੀਆਂ ਕਰੀਏ 95 ਪੈਸੇ ਦੇ ਟਾਇਰ ਪੈਣੇ ਹੈਵੀ ਬੰਪਰ ਹੁੱਡ ਨਾਲਾ ਟਰੈਕਟਰ ਦੇ ਬਾਡੀ ਚੈਸਿਸ ਦੇ ਰਮਗਰਾਟਾ ਰੰਗਸਾ ਨਾਲ ਦਾ ਕਿਤੇ ਵੀ ਬਰਸਦਾ ਫਿਰ ਆਪਰੇ ਸਾਸਮਹਾਲ ਦੇ ਵਿੱਚ ਐਟਰ ਰੱਖਿਆ ਗਿਆ ਤੇ ਪੰਜਾਬ ਨੰਬਰ ਟਰੈਕਟਰ ਹੈ ਇੰਜਨ ਗੀਅਰ ਲਿਫਟ ਪੰਪ ਦਾ ਟਰੈਕਟਰ ਫਲੂਕੇ ਹੈ ਗੁਰਗਮੇ ਬੇਸ਼ਨ ਕੋਈ ਪਾਰਟ ਅਸਟੈਂਡ ਨਹੀਂ ਹੋਆ ਕੋਈ ਪਿਆਰ ਨਹੀਂ ਭਾਲਦਾ ਫੁੱਲ ਲੁੱਕ ਕੰਡੀਸ਼ਨ ਚ ਟਰੈਕਟਰ ਪਿਆ ਤੇ ਕਲੋਸ ਕਰਦਾ ਇੰਜਨ ਟਰੈਕਟਰ ਦਾ ਤੇ ਜਿਹੜਾ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਹੀ ਸਾਦੇ ਉਤੇ ਇੰਜਨ ਗੇਅਰ ਦਾ ਫੁੱਲ ਲੁੱਕਿਆ ਟਰੈਕਟਰ ਤੇ ਜੇ ਆਪੇ ਹੀ ਡਿਮਾਂਡ ਦੀਆ ਕਰੀਏ ਮਾਲਕੀ ਹੁਣੀਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ 295000 ਰੁਪਇਆ ਜੋ ਕਿ ਮੌਕੇ ਦੇ ਥੋੜਾ ਵਤੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ نیچے ਸਕਰੀਨ ਦੇ ਉੱਤੇ ਸੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਦੂਸਰੇ ਡੈਟਾ ਖੀਸਾ ਤੇ ਤੇ ਬਲਾਡਾ ਏਰੀਆ ਮਾਲਕਾਂ ਦਾ ਬਹੁਤ ਕਰਦੇ ਆ ਧੰਨਵਾਦੀ ਸਾਡੀ ਪੂਰੀ ਵੀਡੀਓ ਦੇਖਣ ਲਈ ਜਿਹੜਾ ਵੀ ਭਰਾ ਆਪਣੇ ਚੈਨਲ ਤੇ ਨਮਾ ਆਇਆ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਨਾਲ ਲੱਗੇ ਘੰਟੀ ਦੇ ਆਪਸ਼ਨ ਨੂੰ ਆਲਟ ਕਰ ਦਿਓ ਸੈੱਟ ਤਾਂ ਕਿ ਨਵੇਂ ਨਵੇਂ ਵੀਡੀਓ ਸੁਣਤ ਮੈਂ ਜਾਂਦੇ ਮਿਲਦੀ ਰਹੇਣ ਧੰਨਵਾਦ ਜੀ ਸਤਿ ਸ੍ਰੀ ਅਕਾਲ